ਪੰਜਾਬ ਬੀਜੇਪੀ ਦੇ 3 ਹੋਰ ਉਮੀਦਵਾਰਾਂ ਦੀ ਲਿਸਟ ਜਾਰੀ। ਫਿਰੋਜ਼ਪੁਰ ਤੋਂ ਰਾਣਾ ਗੁਰਮੀਤ ਸੋਢੀ, ਸੰਗਰੂਰ ਤੋਂ ਅਰਵਿੰਦ ਖੰਨਾ ਤੇ ਅਨੰਦਪੁਰ ਸਾਹਿਬ ਤੋਂ ਸੁਭਾਸ਼ ਸ਼ਰਮਾ ਨੂੰ ਦਿੱਤੀ ਗਈ ਟਿਕਟ। ਫਤਿਹਗੜ੍ਹ ਸਾਹਿਬ ਸੀਟ ਤੇ ਉਮੀਦਵਾਰ ਦਾ ਐਲਾਨ ਹੋਣਾ ਅਜੇ ਬਾਕੀ। ਸੈਮ ਪਿਤਰੌਦਾ ਨੇ ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਅਹੁਦੇ ਤੋਂ ਦਿੱਤਾ ਅਸਤੀਫਾ। ਕਾਂਗਰਸ ਨੇ ਤੁਰੰਤ ਪ੍ਰਭਾਵ ਦੇ ਨਾਲ ਕੀਤਾ ਮਨਜ਼ੂਰ। ਸੈਮ ਪਿਤਰੌਦਾ ਦੇ ਬਿਆਨ ਕਾਂਗਰਸ ਦੇ ਲਈ ਬਣਦੇ ਰਹੇ ਨੇ ਮੁਸੀਬਤ। ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਤੇ ਸੀਐਮ ਮਾਨ ਦਾ ਵੱਡਾ ਹਮਲਾ। ਕਿਹਾ ਅਹਿਮਦ ਸ਼ਾਹ ਅਬਦਾਲੀ ਨੇ ਕੈਪਟਨ ਦੇ ਪਰਿਵਾਰ ਨੂੰ ਦਿੱਤੀ ਸੀ ਪਟਿਆਲਾ ਦੀ ਗੱਦੀ। ਕੈਪਟਨ ਦੇ ਮਹਿਲ ਦੇ ਵਿੱਚ ਅੱਜ ਵੀ ਅਬਦਾਲੀ ਦੀ ਫੋਟੋ। ਬਠਿੰਡਾ ਤੋਂ ਬੀਜੇਪੀ ਉਮੀਦਵਾਰ ਪਰਮਪਾਲ ਕੌਰ ਦਾ ਪੰਜਾਬ ਸਰਕਾਰ ਨੂੰ ਜਵਾਬ। ਕਿਹਾ ਮੈਂ ਹੋ ਚੁੱਕੀ ਹਾਂ ਰਿਟਾਇਰ, ਚੋਣ ਲੜਾਂਗੀ, ਸਰਕਾਰ ਨੇ ਜੋ ਕਾਰਵਾਈ ਕਰਨੀ ਹੈ ਕਰ ਲਵੇ। ਪੰਜਾਬ ਸਰਕਾਰ ਨੇ ਪਰਮਪਾਲ ਕੌਰ ਦੀ VRS ਨਹੀਂ ਕੀਤੀ ਮਨਜ਼ੂਰ, ਡਿਊਟੀ ਜੁਆਇਨ ਕਰਨ ਦੇ ਦਿੱਤੇ ਸਨ ਆਦੇਸ਼। ਪਟਿਆਲਾ 'ਚ ਬੀਜੇਪੀ ਉਮੀਦਵਾਰ ਪ੍ਰਨੀਤ ਕੌਰ ਦੇ ਖਿਲਾਫ਼ ਕਿਸਾਨਾਂ ਦਾ ਪ੍ਰਦਰਸ਼ਨ। ਪੁਲਿਸ ਬੈਰੀਕੇਡਿੰਗ ਤੋੜ ਕੇ ਨਿਊ ਮੋਤੀ ਬਾਗ ਪੈਲੇਸ ਦੇ ਨੇੜੇ ਪਹੁੰਚੇ ਕਿਸਾਨ। ਕਿਸਾਨ ਮੌਤ ਮਾਮਲੇ 'ਚ ਪ੍ਰਨੀਤ ਕੌਰ ਨੂੰ ਵੀ ਨਾਮਜ਼ਦ ਕਰਨ ਦੀ ਕਰ ਰਹੇ ਨੇ ਮੰਗ। ਸਤਿ ਸ੍ਰੀ ਅਕਾਲ, ਨਮਸਕਾਰ, ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਹਾਜ਼ਰ ਹਾਂ। ਫਰਕ ਤਾਂ ਪੈਂਦਾ ਹੈ ਲੈ ਕੇ ਜਦੋਂ ਨੋਮੀਨੇਸ਼ਨ ਸਟਾਰਟ ਹੋ ਗਈ ਹੋਵੇ ਤੇ ਉਸ ਵਿਚਾਲੇ ਉਮੀਦਵਾਰਾਂ ਦੀ ਲਿਸਟ ਆਵੇ ਫਿਰ ਫਰਕ ਤਾਂ ਪੈਂਦਾ ਹੈ। ਖੈਰ, ਸ਼ੁਰੂਆਤ ਇੱਥੋਂ ਹੀ ਕਰਨ ਜਾ ਰਹੇ ਹਾਂ। ਪੰਜਾਬ ਬੀਜੇਪੀ ਨੇ ਆਪਣੀ ਉਮੀਦਵਾਰਾਂ ਦੀ ਲਿਸਟ ਜਾਰੀ ਕਰ ਦਿੱਤੀ ਹੈ। ਹੁਣ ਤੱਕ 9 ਉਮੀਦਵਾਰ ਐਲਾਨੇ ਸੀ, 3 ਹੋਰ ਉਮੀਦਵਾਰਾਂ ਦੇ ਨਾਮ ਦਾ ਐਲਾਨ ਕਰ ਦਿੱਤਾ ਗਿਆ ਪੰਜਾਬ ਬੀਜੇਪੀ ਦੇ ਜਿਹੜੇ ਉਮੀਦਵਾਰ ਨੇ ਉਹਨਾਂ ਦੇ ਲਈ। ਔਰ ਹੁਣ 13 ਦੇ ਵਿੱਚੋਂ 12 ਸੀਟਾਂ ਦੇ ਉੱਤੇ ਬੀਜੇਪੀ ਨੇ ਆਪਣੇ ਉਮੀਦਵਾਰ ਐਲਾਨ ਦਿੱਤੇ ਨੇ ਪੰਜਾਬ ਦੇ ਵਿੱਚ। ਪੰਜਾਬ ਬੀਜੇਪੀ ਦੇ 3 ਹੋਰ ਉਮੀਦਵਾਰਾਂ ਦੀ ਲਿਸਟ ਜਾਰੀ ਹੋ ਚੁੱਕੀ ਹੈ ਤੇ ਫਿਰੋਜ਼ਪੁਰ ਤੋਂ ਰਾਣਾ ਸੋਢੀ ਮੈਦਾਨ 'ਚ ਨੇ, ਸੰਗਰੂਰ ਤੋਂ ਅਰਵਿੰਦ ਖੰਨਾ ਮੈਦਾਨ ਦੇ ਵਿੱਚ ਨੇ, ਅਨੰਦਪੁਰ ਸਾਹਿਬ ਤੋਂ ਸੁਭਾਸ਼ ਸ਼ਰਮਾ ਨੂੰ ਉਮੀਦਵਾਰ ਬਣਾਇਆ ਗਿਆ। ਹੁਣ ਤੱਕ ਬੀਜੇਪੀ 12 ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ ਤੇ ਇੱਕੋ ਸੀਟ ਹੁਣ ਬਾਕੀ ਹੈ ਫਤਿਹਗੜ੍ਹ ਸਾਹਿਬ ਦੀ। ਫਤਿਹਗੜ੍ਹ ਸਾਹਿਬ ਦੀ ਸੀਟ ਦੇ ਉੱਤੇ ਹੁਣ ਤੱਕ ਬੀਜੇਪੀ ਦੇ ਵੱਲੋਂ ਆਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ। ਕਾਬਿਲੇ ਗੌਰ ਹੈ ਕਿ ਫਤਿਹਗੜ੍ਹ ਸਾਹਿਬ ਦੀ ਸੀਟ ਰਿਜ਼ਰਵ ਸੀਟ ਹੈ। ਪਹਿਲਾਂ ਅਕਾਲੀ ਦਲ ਦੇ ਖਾਤੇ ਦੇ ਵਿੱਚ ਇਹ ਸੀਟ ਸੀ ਜਦੋਂ ਗਠਜੋੜ ਹੁੰਦਾ ਸੀ ਤੇ ਹੁਣ ਮੌਜੂਦਾ ਸਮੇਂ ਦੇ ਵਿੱਚ ਕਿਉਂਕਿ ਬੀਜੇਪੀ ਇਕੱਲੇ ਚੋਣ ਮੈਦਾਨ ਦੇ ਵਿੱਚ ਉਤਰੀ ਹੋਈ ਹੈ ਤਾਂ ਫਿਲਹਾਲ ਫਤਿਹਗੜ੍ਹ ਸਾਹਿਬ ਦੀ ਸੀਟ ਦੇ ਉੱਤੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ। 12 ਦੇ 12 ਕੈਂਡੀਡੇਟ ਇਸ ਸਮੇਂ ਤੁਹਾਡੀ ਵੀ ਸਕਰੀਨ ਦੇ ਉੱਤੇ ਜੋ ਬੀਜੇਪੀ ਨੇ ਹੁਣ ਤੱਕ ਐਲਾਨੇ ਨੇ 13 ਦੇ ਵਿੱਚੋਂ 12। ਪਹਿਲੇ ਨੰਬਰ 'ਤੇ ਪਰਮਪਾਲ ਕੌਰ ਬਠਿੰਡਾ ਤੋਂ, ਅਨੀਤਾ ਸੋਮ ਪ੍ਰਕਾਸ਼ ਹੁਸ਼ਿਆਰਪੁਰ ਤੋਂ, ਔਰ ਮਨਜੀਤ ਸਿੰਘ ਬੰਨਾ ਖਡੂਰ ਸਾਹਿਬ ਤੋਂ, ਰਵਨੀਤ ਬਿੱਟੂ ਲੁਧਿਆਣਾ ਤੋਂ, ਹੰਸਰਾਜ ਹੰਸ ਫਰੀਦਕੋਟ ਤੋਂ, ਸੁਸ਼ੀਲ ਰਿੰਕੂ ਜਲੰਧਰ ਤੋਂ, ਪ੍ਰਨੀਤ ਕੌਰ ਪਟਿਆਲਾ ਤੋਂ, ਤਰਨਜੀਤ ਸਿੰਘ ਸੰਧੂ ਅੰਮ੍ਰਿਤਸਰ ਤੋਂ, ਦਿਨੇਸ਼ ਸਿੰਘ ਬੱਬੂ ਗੁਰਦਾਸਪੁਰ ਤੋਂ, ਔਰ ਇਸ ਦੇ ਨਾਲ ਹੀ ਜਿਹੜੀ ਅਰਵਿੰਦ ਖੰਨਾ ਸੰਗਰੂਰ ਤੋਂ, ਰਾਣਾ ਸੋਢੀ ਫਿਰੋਜ਼ਪੁਰ ਤੋਂ, ਸੁਭਾਸ਼ ਸ਼ਰਮਾ ਅਨੰਦਪੁਰ ਸਾਹਿਬ ਤੋਂ। ਫਤਿਹਗੜ੍ਹ ਸਾਹਿਬ ਦੀ ਸੀਟ ਦੇ ਉੱਤੇ ਅਨਾਊਂਸਮੈਂਟ ਹੋਣੀ ਅਜੇ ਬਾਕੀ ਹੈ, ਯਾਨੀ ਕਿ ਔਰ ਇਨਫੈਕਟ ਇਹ ਵੀ ਤੁਹਾਨੂੰ ਦੱਸ ਦਈਏ ਕਿ ਮੁੱਖ ਤੌਰ ਦੇ ਉੱਤੇ 4 ਤੋਂ 5 ਪਾਰਟੀਆਂ ਇਸ ਸਮੇਂ ਪੰਜਾਬ ਦੇ ਵਿੱਚ ਚੋਣ ਮੈਦਾਨ ਦੇ ਵਿੱਚ ਨੇ ਲੋਕ ਸਭਾ ਦੇ, ਔਰ ਉਹਨਾਂ ਦੇ ਵਿੱਚੋਂ ਕਾਂਗਰਸ 13 ਦੇ 13 ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ, ਆਮ ਆਦਮੀ ਪਾਰਟੀ 13 ਦੇ 13 ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ, ਸ਼੍ਰੋਮਣੀ ਅਕਾਲੀ ਦਲ 13 ਦੇ 13 ਉਮੀਦਵਾਰਾਂ ਦਾ ਐਲਾਨ ਕਰ ਚੁੱਕਿਆ ਹੈ ਤੇ ਹੁਣ ਬੀਜੇਪੀ 13 ਦੇ ਵਿੱਚੋਂ 12 ਉਮੀਦਵਾਰਾਂ ਦਾ ਐਲਾਨ ਕਰ ਚੁੱਕਿਆ ਹੈ। ਔਰ ਜਿਹੜੇ ਉਮੀਦਵਾਰ ਨੇ ਉਹ ਸਾਰੇ ਤੁਹਾਡੀ ਟੀਵੀ ਸਕਰੀਨ ਦੇ ਉੱਤੇ। ਫਤਿਹਗੜ੍ਹ ਸਾਹਿਬ ਤੋਂ ਕਿਸਦੇ ਖਾਤੇ ਦੇ ਵਿੱਚ ਸੀਟ ਹੋਏਗੀ ਹੁਣ ਤੱਕ ਇਹ ਸਾਫ਼ ਨਹੀਂ। ਪਰਮਪਾਲ ਕੌਰ, ਅਨੀਤਾ ਸੋਮ ਪ੍ਰਕਾਸ਼, ਮਨਜੀਤ ਸਿੰਘ ਮੰਨਾ, ਰਮਨੀਤ ਸਿੰਘ ਬਿੱਟੂ, ਹੰਸਰਾਜ ਹੰਸ, ਸੁਸ਼ੀਲ ਰਿੰਕੂ, ਇਹ ਸਾਰੇ ਜਿਹੜੇ ਨਾਮ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਪ੍ਰਨੀਤ ਕੌਰ, ਤਰਨਜੀਤ ਸੰਧੂ, ਦਿਨੇਸ਼ ਬੱਬੂ, ਔਰ ਅਰਵਿੰਦ ਖੰਨਾ, ਰਾਣਾ ਸੋਢੀ, ਸੁਭਾਸ਼ ਸ਼ਰਮਾ।
ਤਾਂ ਹੁਣ ਤੁਹਾਨੂੰ ਵੀ ਦਿਖਾਉਂਦੇ ਹਾਂ ਕਿਉਂਕਿ ਤਕਰੀਬਨ ਸਾਰੀਆਂ ਸੀਟਾਂ ਦੇ ਉੱਤੇ ਹੁਣ ਫਤਿਹਗੜ੍ਹ ਸਾਹਿਬ ਨੂੰ ਆਪਾਂ ਛੱਡ ਦੀਏ ਤਾਂ ਪਿਕਚਰ ਕਲੀਅਰ ਹੋ ਚੁੱਕੀ ਹੈ। ਸੰਗਰੂਰ ਦੀ ਸਿਆਸੀ ਫਾਈਟ ਤੁਸੀਂ ਦੇਖੋ ਬਹੁਤ ਦਿਲਚਸਪ ਹੈ। ਮੀਤ ਫੇਅਰ ਕੈਬਨਿਟ ਮੰਤਰੀ ਨੇ, ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ, ਸੁਖਪਾਲ ਖਹਿਰਾ ਕਾਂਗਰਸ ਦੇ ਉਮੀਦਵਾਰ ਨੇ, ਇਕਬਾਲ ਸਿੰਘ ਝੁੰਦਾ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ, ਅਰਵਿੰਦ ਖੰਨਾ ਬੀਜੇਪੀ ਨੇ ਉਹਨਾਂ ਨੂੰ ਟਿਕਟ ਦੇ ਦਿੱਤੀ ਹੈ, ਸਿਮਰਨਜੀਤ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਵੀ ਨੇ ਅਤੇ ਉਮੀਦਵਾਰ ਵੀ ਨੇ, ਸੰਗਰੂਰ ਤੋਂ ਅਤੇ ਮੌਜੂਦਾ MP ਵੀ ਨੇ। ਜ਼ਿਮਨੀ ਚੋਣ ਦੇ ਵਿੱਚ ਉਹਨਾਂ ਨੇ ਜਿੱਤ ਹਾਸਲ ਕੀਤੀ ਸੀ। ਫਿਰੋਜ਼ਪੁਰ ਤੋਂ ਕਾਕਾ ਬਰਾੜ ਆਮ ਆਦਮੀ ਪਾਰਟੀ ਦੇ, ਸ਼ੇਰ ਸਿੰਘ ਗੁਬਾਇਆ, ਇੱਕ ਦਿਨ ਪਹਿਲਾਂ ਹੀ ਉਹਨਾਂ ਦੇ ਨਾਮ ਦਾ ਐਲਾਨ ਹੋਇਆ। ਉਮੀਦਵਾਰ ਕਾਂਗਰਸ ਦੇ ਬੌਬੀ ਮਾਨ ਸ਼੍ਰੋਮਣੀ ਅਕਾਲੀ ਦਲ ਦੇ, ਰਾਣਾ ਗੁਰਮੀਤ ਸੋਢੀ ਬੀਜੇਪੀ ਨੇ ਜਿਹੜਾ ਹੁਣ ਐਲਾਨ ਕੀਤਾ ਹੈ ਉਮੀਦਵਾਰ ਬਣਾਇਆ ਗਿਆ, ਜਦਕਿ ਸੁਰਿੰਦਰ ਕੰਬੋਜ ਭਾਰਤ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਬਣਾਏ ਗਏ ਨੇ। ਅਤੇ ਇਸ ਤੋਂ ਬਾਅਦ ਅਨੰਦਪੁਰ ਸਾਹਿਬ ਦੀ ਸਿਆਸੀ ਫਾਈਟ ਕੀ ਕਹਿੰਦੀ ਹੈ, ਬਿਲਕੁਲ ਪਿਕਚਰ ਇੱਥੇ ਵੀ ਕਲੀਅਰ ਹੈ। ਬਲਵਿੰਦਰ ਕੰਗ ਆਮ ਆਦਮੀ ਪਾਰਟੀ ਨੇ ਮੈਦਾਨ 'ਚ ਉਤਾਰਿਆ, ਵਿਜੇਂਦਰ ਸਿੰਗਲਾ ਕਾਂਗਰਸ ਦੇ ਵੱਲੋਂ, ਪ੍ਰੇਮ ਸਿੰਘ ਚੰਦੂਮਾਜਰਾ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ, ਸੁਭਾਸ਼ ਸ਼ਰਮਾ ਜਿਨ੍ਹਾਂ ਦੇ ਨਾਮ ਦਾ ਐਲਾਨ ਹੋਇਆ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ, ਅਤੇ ਇਸ ਦੇ ਨਾਲ ਹੀ ਜਸਵੀਰ ਸਿੰਘ ਗੜੀ ਬਹੁਜਨ ਸਮਾਜ ਪਾਰਟੀ ਦੇ BSP ਦੇ ਪੰਜਾਬ ਪ੍ਰਧਾਨ ਨੇ, ਅਤੇ ਅਨੰਦਪੁਰ ਸਾਹਿਬ ਤੋਂ ਚੋਣ ਮੈਦਾਨ ਦੇ ਵਿੱਚ ਪਾਰਟੀ ਨੇ ਉਹਨਾਂ ਨੂੰ ਉਤਾਰਿਆ ਹੈ, ਉਮੀਦਵਾਰ ਬਣਾਇਆ ਹੈ। ਹੁਣ ਅਨੰਦਪੁਰ ਸਾਹਿਬ ਤੋਂ ਬਾਅਦ ਜੇਕਰ ਅਸੀਂ ਜ਼ਿਕਰ ਕਰੀਏ ਫਤਿਹਗੜ੍ਹ ਸਾਹਿਬ ਦੀ, ਤਾਂ ਫਤਿਹਗੜ੍ਹ ਸਾਹਿਬ ਦੇ ਵਿੱਚ ਅਜੇ ਤੱਕ BJP ਨੇ ਆਪਣੇ ਪੱਤੇ ਨਹੀਂ ਖੋਲ੍ਹੇ ਨੇ, ਜਦਕਿ ਬਾਕੀ ਦੀਆਂ 4 ਪਾਰਟੀਆਂ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਚੁੱਕੀ। BJP ਨੇ ਉਮੀਦਵਾਰ ਐਲਾਨ ਕਰਤਾ ਔਰ ਸੁਭਾਸ਼ ਸ਼ਰਮਾ ਨੂੰ ਉਮੀਦਵਾਰ ਬਣਾਇਆ ਹੈ। ਸੁਭਾਸ਼ ਸ਼ਰਮਾ, ਜੇ ਪੰਜਾਬ BJP ਦੀ ਗੱਲ ਕਰੀਏ, ਤੁਸੀਂ ਦੇਖਿਆ ਹੋਣਾ ਕਿ ਡਟ ਕੇ BJP ਵੱਲੋਂ ਖੜੇ ਰਹੇ ਔਰ ਹੁਣ ਟਿਕਟ ਮਿਲ ਚੁੱਕੀ। ਸਭ ਤੋਂ ਪਹਿਲਾਂ ਨਿਊਜ਼ 8 ਦਾ ਸਵਾਗਤ ਹੈ ਸੁਭਾਸ਼ ਜੀ। ਥੈਂਕ ਯੂ ਬੱਚਾ। ਤੁਸੀਂ ਕਮਲ ਸ਼ਰਮਾ ਜੀ ਦੇ ਘਰ ਪਹੁੰਚੇ ਹੋ, ਤਸਵੀਰ 'ਤੇ ਜਦੋਂ ਤੁਸੀਂ ਮੱਥਾ ਟੇਕ ਰਹੇ ਸੀ, ਭਾਵੁਕ ਆਂਸੂ ਵੀ ਦੇਖੇ, ਕੀ ਕਹਿਣਾ ਚਾਹੋਗੇ? ਕਮਲ ਜੀ ਸਾਡੇ ਗੁਰੂ ਵੀ ਸੀ, ਵੱਡੇ ਭਰਾ ਵੀ ਸੀ, ਸਭ ਕੁਛ ਸੀ। ਮਤਲਬ ਜੇ ਮੈਂ ਅੱਜ ਕਿਤੇ ਪਹੁੰਚਿਆ ਤਾਂ ਉਹਦੇ 'ਚ ਕਮਲ ਜੀ ਦਾ ਬਹੁਤ ਵੱਡਾ ਯੋਗਦਾਨ ਹੈ। ਵਿਦਿਆਰਥੀ ਪਰਿਸ਼ਦ ਤੋਂ ਮੈਨੂੰ ਉਹਨਾਂ ਨੇ, ਛੋਟਾ ਬੱਚਾ ਸੀ ਜਦੋਂ ਮੈਂ 18-19 ਸਾਲ ਦਾ, ਉਦੋਂ ਤੋਂ ਮੈਨੂੰ ਉਹ ਵੇਖ ਕੇ BP 'ਚ ਲੈ ਕੇ ਆਏ, ਲੀਡਰਸ਼ਿਪ ਸਿਖਾਈ, ਨੈਸ਼ਨਲਿਜ਼ਮ ਸਿਖਾਇਆ, ਜੋ ਕੁਛ ਵੀ ਸਿੱਖਿਆ, ਜੋ ਕੁਛ ਵੀ ਮੇਰੇ 'ਚ ਚੰਗਾ ਹੈ, ਉਹਦੇ 'ਚ ਬਹੁਤ ਵੱਡਾ ਰੋਲ ਜਿਹੜਾ ਉਹ ਕਮਲ ਜੀ ਦਾ ਹੈ। ਸੋ ਇਸ ਕਰਕੇ ਮੈਂ ਅੱਜ ਉਹਨਾਂ ਨੂੰ ਵੀ ਪ੍ਰਣਾਮ ਕਰਨ ਆਇਆ, ਅੱਜ ਇਸ ਸਥਾਨ 'ਤੇ ਆਇਆ, ਔਰ ਜਿੱਥੇ ਵੀ ਹੋਣਗੇ ਖੁਸ਼ ਹੋਣਗੇ। ਜਦੋਂ ਤੱਕ ਟਿਕਟ ਨਾ ਮਿਲ ਜਾਏ ਨਾ, ਸਾਰੇ ਰੇਸ ਦਾਅਵੇਦਾਰ ਹੁੰਦੇ ਨੇ, ਉਮੀਦ ਸੀਗੀ? ਪੂਰੀ ਉਮੀਦ ਸੀਗੀ, ਕਿਉਂਕਿ ਮੈਂ ਲੰਬੇ ਸਮੇਂ ਤੋਂ ਇਸ ਹਲਕੇ ਦੇ ਲੋਕਾਂ ਦੀ ਸੇਵਾ ਕਰ ਰਿਹਾ, ਕਾਰਿਆਕਰਤਾਵਾਂ 'ਚ ਕੰਮ ਕਰ ਰਿਹਾ, ਪਾਰਟੀ ਦੀ ਵਿਚਾਰਧਾਰਾ ਵਾਲੀ ਬੜੀ ਨਿਸ਼ਠਾ ਨਾਲ ਕੰਮ ਕਰ ਰਿਹਾ। ਸੋ ਮੈਨੂੰ ਉਮੀਦ ਸੀ ਕਿ ਪਾਰਟੀ ਜ਼ਰੂਰ ਇਸ ਮਿਹਨਤ ਦਾ ਫਲ ਦੇਗੀ। ਸੋ ਪਾਰਟੀ ਨੇ ਅੱਜ ਜ਼ਿੰਮੇਦਾਰੀ ਮੈਨੂੰ ਸੌਂਪੀ ਹੈ, ਮੈਂ ਇਹ ਸਮਝਦਾ ਕਿ ਬਹੁਤ ਵੱਡੀ ਜ਼ਿੰਮੇਦਾਰੀ ਮੈਨੂੰ ਮਿਲੀ ਹੈ, ਔਰ ਜਿਹੜੇ ਬਹੁਤ ਸਾਰੇ ਸਾਡੇ ਨੇਤਾ ਜਿਹੜੇ ਹੋਰ ਵੀ ਸੀ, ਸਭ ਅਸੀਂ ਮਿਲ ਕੇ ਜੁੱਟ ਕੇ ਕੰਮ ਕਰਾਂਗੇ। ਤਾਂ ਸੁਭਾਸ਼ ਸ਼ਰਮਾ ਦੇ ਵੱਲੋਂ ਧੰਨਵਾਦ ਪਾਰਟੀ ਦਾ ਕੀਤਾ ਜਾ ਰਿਹਾ, ਉਹਨਾਂ ਨੂੰ ਉਮੀਦਵਾਰ ਬਣਾਇਆ ਗਿਆ ਹੈ। BJP ਨੇ ਵੀ ਆਪਣੇ ਤਕਰੀਬਨ ਸਾਰੇ ਉਮੀਦਵਾਰ ਐਲਾਨ ਦਿੱਤੇ ਨੇ, ਫਤਿਹਗੜ੍ਹ ਸਾਹਿਬ ਦੀ ਸੀਟ ਅਜੇ ਬਾਕੀ ਹੈ। ਅਗਲੀ ਖਬਰ ਦਾ ਰੁਖ ਕਰਦੇ ਹਾਂ। ਇੰਡੀਅਨ ਓਵਰਸੀਜ਼ ਕਾਂਗਰਸ ਦੇ ਮੁਖੀ ਸੈਮ ਪਿਤਰੌਦਾ ਨੇ ਵਿਰਾਸਤ ਦੀ ਟੈਕਸ ਦੇ ਬਿਆਨ ਤੋਂ ਬਾਅਦ ਇੱਕ ਨਵਾਂ ਬਿਆਨ ਦਿੱਤਾ, ਜਿਸ ਨੂੰ ਲੈ ਕੇ ਵਿਵਾਦ ਖੜਾ। ਸੈਮ ਨੇ ਭਾਰਤ ਦੀ ਡਾਇਵਰਸਿਟੀ ਨੂੰ ਲੈ ਕੇ ਬਿਆਨ ਦਿੱਤਾ। ਸੈਮ ਪਿਤਰੌਦਾ ਨੇ ਕਿਹਾ ਕਿ ਭਾਰਤ ਦੇ ਵਿੱਚ ਈਸਟ ਦੇ ਲੋਕ ਚਾਈਨੀਜ਼ ਅਤੇ ਸਾਊਥ ਵਾਲੇ ਅਫਰੀਕਨ ਦਿਖਦੇ ਨੇ। We could hold country together as diverse as India, where people on east look like Chinese, people on west look like Arab, people on north look like, you know, maybe white, and people in south look like Africa. ਬਿਆਨ ਦੇਣ ਦੇ ਕੁਝ ਹੀ ਦੇਰ ਬਾਅਦ ਕਾਂਗਰਸ ਨੇ ਸੈਮ ਪਿਤਰੌਦਾ ਦੇ ਬਿਆਨ ਤੋਂ ਕਿਨਾਰਾ ਕਰ ਲਿਆ, ਪਰ ਪ੍ਰਧਾਨ ਮੰਤਰੀ ਮੋਦੀ ਕਾਂਗਰਸ ਨੂੰ ਹੁਣ ਘੇਰ ਰਹੇ ਨੇ।
ये चमड़ी का रंग देख करके उन्होंने मान लिया कि ये द्रौपदी मुर्मू भी अफ्रीकन है और इसलिए उनकी चमड़ी का रंग काला है तो उनको हराना चाहिए। ਇਸ ਤੋਂ ਪਹਿਲਾਂ ਸੈਮ ਪਿਤਰੋਦਾ ਨੇ 23 ਅਪ੍ਰੈਲ ਨੂੰ ਭਾਰਤ ਦੇ ਵਿੱਚ ਅਮਰੀਕਾ ਦੀ ਤਰ੍ਹਾਂ ਵਿਰਾਸਤੀ ਟੈਕਸ ਲਗਾਉਣ ਤੇ ਵਿਚਾਰ ਕਰਨ ਦੀ ਗੱਲ ਕਹੀ ਸੀ। ਉਸ ਸਮੇਂ ਵੀ ਪ੍ਰਧਾਨ ਮੰਤਰੀ ਨੇ ਪਿਤਰੋਦਾ ਦੇ ਬਿਆਨ ਨੂੰ ਲੈ ਕੇ ਕਾਂਗਰਸ ਨੂੰ ਘੇਰਿਆ ਸੀ। ਤਾਂ ਬਵਾਲ ਤਾਂ ਖੂਬ ਹੁੰਦਾ ਰਿਹਾ ਪਰ ਇਸ ਸਭ ਦੇ ਵਿਚਾਲੇ ਕਿਉਂਕਿ ਕਾਂਗਰਸ ਇੱਕ ਤੋਂ ਬਾਅਦ ਇੱਕ ਸੈਮ ਪਿਤਰੋਦਾ ਦੇ ਬਿਆਨਾਂ ਦੇ ਨਾਲ ਘਿਰਦੀ ਹੋਈ ਨਜ਼ਰ ਆ ਰਹੀ ਹੈ ਤੇ ਜਦੋਂ ਕਿਸੇ ਆਗੂ ਦਾ ਬਿਆਨ ਪਾਰਟੀ ਦੇ ਲਈ ਮੁਸ਼ਕਲਾਂ ਖੜੀਆਂ ਕਰ ਦੇਵੇ ਫਿਰ ਫਰਕ ਤਾਂ ਪੈਂਦਾ ਹੈ। ਉਦੋਂ ਲੋਕ ਸਭਾ ਚੋਣਾਂ ਦੇ ਵਿਚਾਲੇ ਵਿਵਾਦਿਤ ਬਿਆਨਬਾਜ਼ੀ ਨੂੰ ਲੈ ਕੇ ਘਿਰੀ ਕਾਂਗਰਸ ਨੇ ਸੈਮ ਪਿਤਰੋਦਾ ਦੇ ਰੈਜ਼ਿਗਨੇਸ਼ਨ ਨੂੰ ਅਕਸੈਪਟ ਕਰ ਲਿਆ। ਜੀ ਹਾਂ, ਸੈਮ ਪਿਤਰੋਦਾ ਨੇ ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਇਸ ਦੀ ਜਾਣਕਾਰੀ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਜੈਰਮ ਰਮੇਸ਼ ਨੇ ਟਵਿੱਟਰ ਦੇ ਉੱਤੇ ਦਿੱਤੀ। ਉਹਨਾਂ ਨੇ ਐਕਸ ਦੇ ਉੱਤੇ ਲਿਖਿਆ, ਪਿਤਰੋਦਾ ਨੇ ਆਪਣੀ ਮਰਜ਼ੀ ਦੇ ਨਾਲ ਅਸਤੀਫਾ ਦਿੱਤਾ ਹੈ ਜਿਸ ਨੂੰ ਸਵੀਕਾਰ ਕਰ ਲਿਆ ਗਿਆ ਹੈ। ਯਾਨੀ ਕਿ ਪੂਰੇ ਬਵਾਲ ਦੇ ਵਿਚਾਲੇ ਜਿਵੇਂ ਹੀ ਰੈਜ਼ਿਗਨੇਸ਼ਨ ਪਿਤਰੋਦਾ ਦਾ ਪਹੁੰਚਿਆ ਨਾਲ ਦੀ ਨਾਲ ਉਸਨੂੰ ਅਕਸੈਪਟ ਕਰ ਲਿਆ ਗਿਆ ਹੈ। ਸੈਮ ਪਿਤਰੋਦਾ ਦਾ ਇਸ ਸਮੇਂ ਜ਼ਿਕਰ ਹੋ ਰਿਹਾ, ਇਸ ਕਰਕੇ ਸਾਡਾ ਅੱਜ ਦਾ ਸਵਾਲ ਸੈਮ ਪਿਤਰੋਦਾ ਦੇ ਨਾਲ ਹੀ ਜੁੜਿਆ ਹੋਇਆ। ਸਵਾਲ ਹੈ ਕਿ ਸੈਮ ਪਿਤਰੋਦਾ ਸਭ ਤੋਂ ਪਹਿਲਾਂ ਕਿਸ ਦੇ ਸਲਾਹਕਾਰ ਰਹੇ? ਚਾਰ ਆਪਸ਼ਨਸ ਤੁਹਾਡੇ ਸਾਹਮਣੇ ਨੇ, ਏ ਇੰਦਰਾ ਗਾਂਧੀ, ਬੀ ਰਾਜੀਵ ਗਾਂਧੀ, ਆਪਸ਼ਨ ਸੀ ਡਾਕਟਰ ਮਨਮੋਹਨ ਸਿੰਘ, ਜਾਂ ਆਪਸ਼ਨ ਡੀ ਰਾਹੁਲ ਗਾਂਧੀ। ਸੈਮ ਪਿਤਰੋਦਾ ਖੂਬ ਸੁਰਖੀਆਂ ਦੇ ਵਿੱਚ ਨੇ, ਵਿਵਾਦਾਂ ਦੇ ਵਿੱਚ ਉਹਨਾਂ ਦਾ ਬਿਆਨ ਹੈ ਔਰ ਇਸ ਸਭ ਦੇ ਵਿਚਾਲੇ ਉਹਨਾਂ ਨੇ ਆਪਣਾ ਓਵਰਸੀਜ਼ ਕਾਂਗਰਸ ਦਾ ਜਿਹੜਾ ਅਹੁਦਾ ਸੀ ਪ੍ਰਧਾਨ ਜੀ ਦਾ ਉਹ ਛੱਡ ਦਿੱਤਾ ਹੈ ਅਤੇ ਇਸ ਕਰਕੇ ਅਸੀਂ ਉਹਨਾਂ ਦੇ ਨਾਲ ਜੁੜਿਆ ਹੋਇਆ ਸਵਾਲ ਅਤੇ ਸਵਾਲ ਦਾ ਜਵਾਬ ਪੂਰੀ ਜਾਣਕਾਰੀ ਦੇ ਨਾਲ ਥੋੜ੍ਹੀ ਦੇਰ ਦੇ ਵਿੱਚ ਤੁਹਾਡੇ ਸਾਹਮਣੇ ਰੱਖਾਂਗੇ ਪ੍ਰੋਗਰਾਮ ਦੇ ਦੌਰਾਨ। ਉੱਧਰ ਪੰਜਾਬ ਸਰਕਾਰ ਤੋਂ ਅਸਤੀਫਾ ਨਾਮਨਜ਼ੂਰ ਹੋਣ ਦੇ ਉੱਤੇ ਬਠਿੰਡਾ ਤੋਂ ਬੀਜੇਪੀ ਦੇ ਉਮੀਦਵਾਰ ਪਰਮਪਾਲ ਕੌਰ ਦਾ ਜਵਾਬ ਵੀ ਆਇਆ। ਪਰਮਪਾਲ ਕੌਰ ਨੇ ਇਸਦਾ ਵਿਰੋਧ ਕਰਦੇ ਹੋਏ ਸਾਫ਼ ਕਿਹਾ ਕਿ ਉਹ ਡਿਊਟੀ ਜੁਆਇਨ ਨਹੀਂ ਕਰਨਗੇ, ਨਾਮਜ਼ਦਗੀ ਪਰਚਾ ਵੀ ਦਾਖਲ ਕਰਨਗੇ ਅਤੇ ਚੋਣ ਵੀ ਲੜਨਗੇ। ਕੇਂਦਰ ਨੇ ਉਹਨਾਂ ਦਾ ਅਸਤੀਫਾ ਮਨਜ਼ੂਰ ਕੀਤਾ ਹੈ, ਪੰਜਾਬ ਸਰਕਾਰ ਜੋ ਕਰਨਾ ਚਾਹੁੰਦੀ ਹੈ ਕਰ ਲਵੇ। ਜੋ ਕਾਰਵਾਈ ਉਹਨਾਂ ਨੇ ਕਰਨੀ ਹੈ ਉਹ ਕਰ ਸਕਦੇ ਹੈ, ਜੁਆਇਨ ਮੈਂ ਨਹੀਂ ਕਰਨੇ ਵਾਲੀ, ਨਾ ਹੀ ਮੇਰਾ ਜੁਆਇਨ ਕਰਨਾ ਬਣਤਾ ਹੈ ਕਿਉਂਕਿ ਮੈਂ ਰਿਟਾਇਰ ਹੋ ਚੁੱਕੀ ਹੂੰ, ਮੁਝੇ ਸੈਂਟਰਲ ਗਵਰਨਮੈਂਟ ਨੇ ਰਿਟਾਇਰ ਕਰ ਦਿਆ ਹੈ। ਅਬ ਕਾਰਵਾਈ ਉਨਕੋ ਜੋ ਲਗਤੀ ਹੈ ਵੋ ਕਰ ਸਕਤੇ ਹੈ, ਬਾਕੀ ਜੋ ਮੈਂ ਇਲੈਕਸ਼ਨ ਲੜਨੇ ਜਾ ਰਹੀ ਹੂੰ ਉਸ ਪੇ ਇਨ ਬਾਤੋਂ ਕਾ ਕੋਈ ਅਸਰ ਨਹੀਂ ਹੈ, ਮੈਂ ਆਪਣਾ ਨਾਮੀਨੇਸ਼ਨ ਪੇਪਰ ਫਾਈਲ ਕਰੂੰਗੀ ਔਰ ਇਲੈਕਸ਼ਨ ਲੜੂੰਗੀ। ਦਰਅਸਲ ਪਰਮਪਾਲ ਕੌਰ ਹਾਲ ਹੀ ਦੇ ਵਿੱਚ BRS ਲੈ ਕੇ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ ਸਨ ਅਤੇ ਬੀਜੇਪੀ ਨੇ ਉਹਨਾਂ ਨੂੰ ਬਠਿੰਡਾ ਤੋਂ ਟਿਕਟ ਵੀ ਦੇ ਦਿੱਤੀ, ਪਰ ਹੁਣ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਹਨਾਂ ਦੇ ਉੱਤੇ ਰਿਟਾਇਰਮੈਂਟ ਲੈਣ ਦੇ ਤਰੀਕੇ ਤੇ ਸਵਾਲ ਚੁੱਕੇ, ਨਾਲ ਹੀ ਪੰਜਾਬ ਸਰਕਾਰ ਨੇ ਉਹਨਾਂ ਨੂੰ ਫੌਰਨ ਡਿਊਟੀ ਤੇ ਪਰਤਣ ਨੂੰ ਵੀ ਕਿਹਾ ਹੈ। ਪਰ ਪੰਜਾਬ ਸਰਕਾਰ ਦੇ ਵੱਲੋਂ ਪਰਮਪਾਲ ਕੌਰ ਦਾ ਅਸਤੀਫਾ ਨਾਮਨਜ਼ੂਰ ਕੀਤਾ ਗਿਆ। ਪਰਮਪਾਲ ਕੌਰ ਕਹਿ ਰਹੇ ਨੇ ਕਿ ਮੈਂ ਚੋਣ ਲੜਾਂਗੀ, ਮੈਂ ਰਿਟਾਇਰ ਹੋ ਚੁੱਕੀ ਹਾਂ। ਅਤੇ ਅਸਤੀਫਾ ਨਾਮਨਜ਼ੂਰ ਹੋਣ ਦੇ ਉੱਤੇ ਸੁਨੀਲ ਜਾਖੜ ਦੀ ਸਟੇਟਮੈਂਟ, ਪੰਜਾਬ ਬੀਜੇਪੀ ਦੇ ਪ੍ਰਧਾਨ ਨੇ ਸੁਨੀਲ ਜਾਖੜ, ਉਹਨਾਂ ਦਾ ਬਿਆਨ ਵੀ ਸਾਹਮਣੇ। ਕੈਂਡੀਡੇਟ ਭਗਵੰਤ ਮਾਨ ਜੀ ਕੈਂਸਲ ਕਰੀ ਜਾਂਦੇ, ਪਰਮਪਾਲ ਕੌਰ ਵਾਲਾ ਅਸੀਂ ਕੀਤਾ, ਭਗਵੰਤ ਮਾਨ ਜੀ ਨੂੰ ਕਹੋ ਜੇ ਉਹ ਇਲਜ਼ਾਮ ਲਗਾ ਰਹੇ ਤਾਂ ਭਗਵੰਤ ਮਾਨ ਜੀ ਨੂੰ ਕਹੋ ਉਹਨਾਂ ਦਾ ਵਾਪਸ ਲੈ ਲੈਣ ਓਬਜੈਕਸ਼ਨ। ਵੈਸੇ ਓਬਜੈਕਸ਼ਨ ਉਹਦਾ ਵੀ ਕਾਨੂੰਨੀ ਅਸੀਂ ਦੇਖ ਰਹੇ ਹਾਂ, ਇਸ ਨੋਟ ਐਨ ਓਬਜੈਕਸ਼ਨ, ਦੇਰ ਇਜ਼ ਅ ਰੈਜੀਡੂਅਲ ਪਾਵਰ ਵਿਦ ਸੈਂਟਰਲ ਗਵਰਨਮੈਂਟ ਦੈਟ ਦੇ ਕੈਨ ਐਕਸੈਪਟ ਦ ਰੈਜੀਗਨੇਸ਼ਨ ਅੰਡਰ ਸਰਟਨ ਸਰਕਮਸਟਾਂਸਿਸ, ਬਟ ਉਹ ਅਸੀਂ ਦੇਖਾਂਗੇ। ਪਰ ਸਾਡੇ ਨਾਲ ਜੇ ਅਗਰ ਅਸੀਂ ਇਹਨਾਂ ਨਾਲ ਘੱਟ ਜੋੜ ਜੀ ਹਾਂ ਫਿਰ ਸਾਡਾ ਕੈਂਡੀਡੇਟ ਕਿਉਂ ਵਿਡਰਾਅ ਕਰਾ ਰਹੇ? ਸੁਨੀਲ ਜਾਖੜ ਨਿਊਜ਼ 18 ਪੰਜਾਬ ਦੇ ਖਾਸ ਪ੍ਰੋਗਰਾਮ ਨਿਊਜ਼ ਰੂਮ ਕਟਹਿਰਾ ਦੇ ਵਿੱਚ ਪਹੁੰਚੇ ਹੋਏ ਸੀ। ਇਹ ਪੂਰੀ ਗੱਲਬਾਤ ਛੇਤੀ ਹੀ ਤੁਸੀਂ ਨਿਊਜ਼ 18 ਪੰਜਾਬ ਦੇ ਉੱਤੇ ਦੇਖ ਸਕੋਗੇ।
ਅੱਗੇ ਵੱਧਦਿਆਂ ਚੋਣ ਪ੍ਰਚਾਰ ਦੇ ਵਿੱਚ ਜੁਟੇ ਉਮੀਦਵਾਰਾਂ ਦਾ ਵਿਰੋਧ ਵੀ ਲਗਾਤਾਰ ਜਾਰੀ। ਫਰੀਦਕੋਟ ਤੋਂ ਬੀਜੇਪੀ ਉਮੀਦਵਾਰ ਹੰਸਰਾਜ ਹੰਸ ਨੂੰ ਇੱਕ ਵਾਰ ਮੁੜ ਤੋਂ ਵਿਰੋਧ ਦਾ ਸਾਹਮਣਾ ਕਰਨਾ ਪਿਆ। ਮੋਗਾ ਦੇ ਪਿੰਡ ਬਲਖੰਡੀ ਦੇ ਵਿੱਚ ਚੋਣ ਪ੍ਰਚਾਰ ਦੇ ਸਮੇਂ ਕਿਸਾਨਾਂ ਨੇ ਕਾਲੀਆਂ ਝੰਡੀਆਂ ਦਿਖਾਈਆਂ ਅਤੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਪੁਲਿਸ ਨੇ ਕਿਸੇ ਤਰ੍ਹਾਂ ਉਹਨਾਂ ਦੀ ਕਾਫਲੇ ਨੂੰ ਲੰਘਾ ਦਿੱਤਾ, ਜਿਸ ਤੋਂ ਬਾਅਦ ਹੰਸਰਾਜ ਹੰਸ ਲੋਕਾਂ ਦੇ ਰੂਬਰੂ ਹੋਏ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਤੇ ਵਿਧਾਇਕ ਗੁਰਦੀਪ ਸਿੰਘ ਸੇਖੋਂ ਨੂੰ ਵੀ ਕਿਸਾਨਾਂ ਨੇ ਘੇਰ ਲਿਆ। ਦੋਵਾਂ ਤੋਂ ਨਸ਼ੇ ਦੇ ਵੱਧ ਰਹੇ ਮਾਮਲਿਆਂ ਤੇ ਵਿਧਾਨ ਸਭਾ ਚੋਣਾਂ ਦੌਰਾਨ ਕੀਤੇ ਵਾਅਦਿਆਂ ਨੂੰ ਲੈ ਕੇ ਸਵਾਲ ਹੋਏ। ਜੋ ਸ਼ੁਭ ਕਰਨਾ ਉਹਦਾ 4 ਮਾਰਚ ਨੂੰ ਭੋਗ ਪੈ ਗਿਆ ਸੀ ਤੇ ਉਹਦਾ 16 ਤਰੀਕ ਨੂੰ ਕੋਰਟ ਲੱਗਦਾ ਤੇ ਵਿੱਚੋਂ ਵੇਖ ਲਓ ਕਿੰਨੇ ਦਿਨ ਆਪਾਂ ਨੂੰ 12 ਦਿਨ ਮਿਲਦੇ ਆ। 12 ਦਿਨਾਂ 'ਚ ਨਾ ਤਾਂ ਉਹ ਨੌਕਰੀ ਦਿੱਤੀ ਉਹਦੀ ਭੈਣ ਨੂੰ, ਨਾ ਜਿਹੜਾ ਸਰਕਾਰ ਨੇ 1 ਕਰੋੜ ਰੁਪਈਆ ਦਿੱਤਾ ਸੀ ਉਹ ਪਿਆ, ਅਜੇ ਤਾਂ ਕੋਈ ਗੱਲ ਨਹੀਂ ਸੁਣੀ। ਕਰਮਜੀਤ ਅਨਮੋਲ ਤੇ ਹੰਸਰਾਜ ਹੰਸ ਫਰੀਦਕੋਟ ਤੋਂ ਉਮੀਦਵਾਰ ਨੇ ਅਤੇ ਦੋਵਾਂ ਨੂੰ ਹੀ ਕਿਸਾਨਾਂ ਦੇ ਸਵਾਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਕੋਈ ਗੱਲ ਨਹੀਂ, ਅਸੀਂ ਪਤਾ ਕਰਵਾਉਂਦੇ। ਕਿਹਾ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਜਦੋਂ ਵੋਟਰਾਂ ਦੇ ਕੋਲ ਆਗੂ ਪਹੁੰਚਣ ਤਾਂ ਉਹਨਾਂ ਨੂੰ ਸਵਾਲ ਕੀਤਾ ਜਾਵੇ, ਪਰ ਸਵਾਲ ਜਾਂ ਕੋਈ ਵੀ ਗੱਲ ਲੋਕਤੰਤਰ ਤੇ ਸੰਵਿਧਾਨ ਦੇ ਦਾਇਰੇ ਦੇ ਵਿੱਚ ਰਹਿ ਕੇ ਹੀ ਕੀਤੀ ਜਾ ਸਕਦੀ ਹੈ। ਖੈਰ, ਜਦੋਂ ਸਿਆਸਤਦਾਨਾਂ ਨੂੰ ਵੋਟਰ ਸਵਾਲ ਕਰਨ ਫਿਰ ਫਰਕ ਤਾਂ ਪੈਂਦਾ। ਉਧਰ ਪਟਿਆਲਾ ਦੇ ਵਿੱਚ ਬੀਜੇਪੀ ਉਮੀਦਵਾਰ ਦੇ ਖਿਲਾਫ਼ ਪ੍ਰਦਰਸ਼ਨ ਕਰਨ ਪਹੁੰਚੇ ਕਿਸਾਨ ਪੁਲਿਸ ਦੇ ਨਾਲ ਉਲਝਦੇ ਹੋਏ ਨਜ਼ਰ ਆਏ। ਦਰਅਸਲ ਕਿਸਾਨ ਪ੍ਰਨੀਤ ਕੌਰ ਦੇ ਘਰ ਦਾ ਘੇਰਾਓ ਕਰਨ ਦੇ ਲਈ ਨਿਕਲੇ ਸਨ। ਕਿਸਾਨਾਂ ਨੂੰ ਰੋਕਣ ਦੇ ਲਈ ਨਿਊ ਮੋਤੀ ਬਾਗ ਪੈਲੇਸ ਦੇ ਕੋਲ ਬੈਰੀਕੇਡਿੰਗ ਕਰ ਦਿੱਤੀ ਗਈ ਸੀ ਅਤੇ ਜਦੋਂ ਕਿਸਾਨ ਇੱਥੇ ਪਹੁੰਚੇ ਤਾਂ ਝੜਪ ਹੋ ਗਈ। ਇਸ ਦੌਰਾਨ ਪੁਲਿਸ ਨੇ ਕੁਝ ਕਿਸਾਨਾਂ ਨੂੰ ਹਿਰਾਸਤ ਦੇ ਵਿੱਚ ਵੀ ਲੈ ਲਿਆ। ਤੁਰੰਤ ਗੁੰਡੇ ਨੂੰ ਗ੍ਰਿਫਤਾਰ ਕਰੋ ਔਰ ਕਿਸਾਨ ਰਿਹਾ ਕਰੋ ਔਰ ਸਾਨੂੰ ਪੀਸਫੁਲੀ ਉੱਥੇ ਅੰਦੋਲਨ ਕਰਨ ਦਾ ਅਧਿਕਾਰ ਦਿੱਤਾ ਜਾਵੇ। ਉੱਥੇ ਜਦੋਂ ਰਾਜਪੁਰਾ ਤੋਂ ਪਟਿਆਲਾ ਦੇ ਰਾਹ ਦੇ ਵਿੱਚ ਪੁਲਿਸ ਨੇ ਧਰੇੜੀ ਜੱਟਾਂ ਟੋਲ ਪਲਾਜ਼ਾ ਤੇ ਬੈਰੀਕੇਡਿੰਗ ਕੀਤੀ ਸੀ, ਉਸ ਸਮੇਂ ਵੀ ਇੱਥੇ ਕਾਰ ਸਵਾਰ ਇੰਨੀ ਤੇਜ਼ ਰਫ਼ਤਾਰ ਦੇ ਵਿੱਚ ਲੰਘਿਆ ਕਿ ਪੁਲਿਸ ਵਾਲੇ ਆਪਣੀ ਜਾਨ ਬਚਾਉਣ ਦੇ ਲਈ ਇੱਧਰ ਉੱਧਰ ਭੱਜਦੇ ਦਿਖੇ। ਹੁਣ ਇਹ ਕਾਰ ਸਵਾਰ ਕੌਣ ਸੀ, ਇਹ ਕਿੱਥੇ ਜਾਣਾ ਚਾਹ ਰਿਹਾ ਸੀ, ਇਸ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ। ਪ੍ਰਨੀਤ ਕੌਰ ਪਟਿਆਲਾ ਤੋਂ ਬੀਜੇਪੀ ਦੇ ਉਮੀਦਵਾਰ ਨੇ ਔਰ ਬੀਜੇਪੀ ਸਣੇ ਵੱਖ ਵੱਖ ਪਾਰਟੀਆਂ ਦੇ ਉਮੀਦਵਾਰਾਂ ਨੂੰ ਕਿਸਾਨਾਂ ਦੇ ਖਾਸ ਤੌਰ ਤੇ ਕਿਸਾਨਾਂ ਦੇ ਤੇ ਹੋਰ ਲੋਕਾਂ ਦੇ ਵਿਰੋਧ ਦਾ ਸਾਹਮਣਾ ਵੀ ਕਰਨਾ ਪੈ ਰਿਹਾ। ਇਹ ਵੀ ਇਸ ਚੋਣਾਂ ਦਾ ਇੱਕ ਰੰਗ ਨਜ਼ਰ ਆਉਂਦਾ ਹੈ। ਉਧਰ ਕਿਸਾਨ ਆਗੂ ਰੁਲਦੀਪ ਸਿੰਘ ਮਾਨਸਾ ਖੂਬ ਚਰਚਾ ਦੇ ਵਿੱਚ ਨੇ। ਵਾਇਰਲ ਹੋ ਰਹੀ ਹੈ ਇੱਕ ਵੀਡੀਓ ਉਹਨਾਂ ਦੇ ਹੋਟਲ ਨੂੰ ਲੈ ਕੇ ਤੇ ਰੁਲਦੀਪ ਸਿੰਘ ਦਾ ਬਿਆਨ ਵੀ ਸਾਹਮਣੇ। ਕਿਸਾਨ ਆਗੂ ਦੇ ਮੁਤਾਬਿਕ ਉਹਨਾਂ ਨੂੰ ਬੇਵਜ੍ਹਾ ਬਦਨਾਮ ਕੀਤਾ ਜਾ ਰਿਹਾ ਹੈ। ਰੁਲਦੀਪ ਸਿੰਘ ਮਾਨਸਾ ਨੇ ਕਿਹਾ ਕਿ ਹੋਟਲ ਦੀ ਜਾਂਚ ਕੀਤੀ ਜਾਵੇ ਅਤੇ ਜੇਕਰ ਇਹ ਹੋਟਲ ਉਹਨਾਂ ਦਾ ਨਿਕਲੇ ਤਾਂ ਮੇਰੇ ਉੱਤੇ ਮੁਕੱਦਮਾ ਦਰਜ ਕੀਤਾ ਜਾਵੇ। ਮੈਂ ਗੱਲ ਜ਼ਰੂਰ ਕਰਾਂ, ਸਰਕਾਰ ਤੋਂ ਮੰਗ ਕਰਦਾ, ਸੈਂਟਰ ਸਰਕਾਰ ਹੋਵੇ, ਉਹ ਹਰਿਆਣਾ ਸਰਕਾਰ ਹੋਵੇ, ਕੋਈ ਸਰਕਾਰ ਹੋਵੇ, ਅਫਸਰ ਸ਼ਾਹੀ ਹੋਵੇ, ਇਹਨੂੰ ਡਿਟੇਲ ਤੱਕ ਕੱਢਣ। ਜੇ ਮੈਂ ਇਹੋ ਜਿਹਾ ਕੁਛ ਬਣਾਇਆ ਤਾਂ ਮੇਰਾ ਖਿਆਲ ਹੈ ਵੀ ਇਹ ਘੱਟੋ ਘੱਟ 12-1300 ਕਰੋੜ ਦਾ ਇਹ ਹੋਟਲ ਹੋਊਗਾ, ਤਾਂ ਮੇਰੇ 'ਤੇ ਪਰਚਾ ਦਰਜ ਹੋਣਾ ਚਾਹੀਦਾ ਵੀ ਪੈਸਾ ਆਇਆ ਕਿੱਥੋਂ, ਜਾਂ ਜਿਹਨੇ ਵੀਡੀਓ ਪਾਈ ਹੈ ਉਹ 'ਤੇ ਪਰਚਾ ਦਰਜ ਹੋਣਾ ਚਾਹੀਦਾ। ਦਰਅਸਲ ਸੋਸ਼ਲ ਮੀਡੀਆ ਦੇ ਉੱਤੇ ਇੱਕ ਆਲੀਸ਼ਾਨ ਹੋਟਲ ਦਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਦੇ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਹਰਿਆਣਾ ਦੇ ਸੋਨੀਪਤ ਦੇ ਵਿੱਚ ਬਣਿਆ ਇਹ ਹੋਟਲ ਕਿਸਾਨ ਆਗੂ ਰੁਲਦੀਪ ਸਿੰਘ ਦਾ ਹੈ, ਜਿਸ ਨੂੰ ਉਹਨਾਂ ਨੇ ਕਿਸਾਨ ਅੰਦੋਲਨ ਦੇ ਸਮੇਂ ਬਣਵਾਇਆ ਸੀ। ਦੇਖੋ ਵਾਇਰਲ ਹੋ ਰਹੀ ਹੈ, ਜਿਸ ਦੇ ਉੱਤੇ ਰੁਲਦੀਪ ਸਿੰਘ ਖੁੱਲ੍ਹ ਕੇ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਹੋਟਲ ਉਹਨਾਂ ਦਾ ਨਹੀਂ ਹੈ। ਉਧਰ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਖਾਲਸਾ ਦੇ ਬਿਆਨ ਨੇ ਇੱਕ ਨਵੀਂ ਚਰਚਾ ਛੇੜ ਦਿੱਤੀ। ਹਰਨਾਮ ਸਿੰਘ ਖਾਲਸਾ ਨੇ ਸਿੱਖਾਂ ਨੂੰ 5-5 ਬੱਚੇ ਪੈਦਾ ਕਰਨ ਦੀ ਸਲਾਹ ਦਿੱਤੀ। ਇਸ ਦੇ ਪਿੱਛੇ ਉਹਨਾਂ ਦਾ ਤਰਕ ਹੈ ਕਿ ਜੇ 1-1 ਬੱਚੇ ਤੱਕ ਸੀਮਿਤ ਰਹਿਣਗੇ ਤਾਂ ਪੰਜਾਬ ਦੇ ਵਿੱਚ ਸਿੱਖ ਘੱਟ ਗਿਣਤੀ ਹੋ ਜਾਣਗੇ। ਅੱਜ ਪੰਜਾਬ ਦੀ ਵਸੋਂ 50-52 ਅਸੀਂ ਹੈ, 50% ਬਾਹਰ ਲਿਆ ਕੇ ਆਉਂਦੇ ਸਾਲਾਂ 'ਚ ਅਸੀਂ ਘੱਟ ਗਿਣਤੀ ਵਿੱਚ ਹੋ ਜਾਣਾ ਅਤੇ ਉਹਨਾਂ ਤੋਂ ਕੁੱਟ ਖਾਇਆ ਕਰਾਂਗੇ ਅਸੀਂ ਫਿਰ ਰੋਜ਼।
ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੇ ਪੰਜ ਬੱਚੇ ਕਿਸੇ ਤੋਂ ਨਹੀਂ ਸੰਭਾਲੇ ਜਾਣਗੇ ਤਾਂ ਉਹ ਬੱਚੇ ਉਹਨਾਂ ਨੂੰ ਦੇ ਦੇਣ ਜਿਨ੍ਹਾਂ ਨੂੰ ਪੜ੍ਹਾ ਲਿਖਾ ਕੇ ਉਹ ਗੁਰਮਤ ਦਾ ਵਿਦਵਾਨ ਬਣਾਉਣਗੇ। ਪੜ੍ਹਾਊਂਗਾ ਵੀ, ਗੁਰਮਤ ਦੇ ਵਿਦਵਾਨ ਵੀ ਬਣਾਊ, ਦੁਨੀਆ ਭਰ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਉਹਨਾਂ ਦਾ ਸਨਮਾਨ ਹੋਏਗਾ, ਉਹਨਾਂ ਨੂੰ ਪੰਥ ਦੀ ਸੇਵਾ ਕਰਨ ਲਈ ਭੇਜੂਗਾ। ਪੰਜ ਬੱਚੇ ਪੈਦਾ ਕਰਨ ਵਾਲੇ ਬਿਆਨ ਤੇ ਪੰਜਾਬ ਮਹਿਲਾ ਕਮਿਸ਼ਨ ਨੇ ਇਤਰਾਜ਼ ਜਤਾਇਆ। ਔਰ ਜਿੱਥੇ ਤੱਕ ਇਹ ਸਵਾਲ ਹੈਗਾ ਕਿ ਸਾਡੀ ਇੱਥੇ ਸੰਖਿਆ ਘੱਟ ਰਹੀ ਹੈ ਤੇ ਬਾਹਰੋਂ ਲੋਕੀ ਆ ਰਹੇ ਨੇ, ਇਹ ਕੋਈ ਜਿਹੜੇ ਸਾਡੇ ਬੱਚੇ ਨੇ ਪੰਜਾਬ ਦੇ ਉਹ ਬਾਹਰ ਜਾ ਰਹੇ ਨੇ, ਜੇ ਅਸੀਂ ਉਹ ਬੱਚਿਆਂ ਨੂੰ ਆਪਣੇ ਇੱਥੇ ਰੱਖੀਏ, ਉਹਨਾਂ ਨੂੰ ਇੱਥੇ ਓਪਰਚੁਨਿਟੀ ਠੀਕ ਹੋਣ ਜਾਂ ਮਾਂ ਬਾਪ ਦੀ ਦੇਖਭਾਲ ਕਰਨ, ਉਹ ਜ਼ਿਆਦਾ ਵਧੀਆ ਆ ਕਿ ਅਸੀਂ ਪੰਜ ਪੰਜ ਬੱਚੇ ਪੈਦਾ ਕਰਕੇ ਇਸ ਤਰੀਕੇ ਦਾ ਕਰੀਏ। ਇੱਕ ਔਰਤ ਨੂੰ ਇੱਕ ਸਿਰਫ ਮਸ਼ੀਨ ਨਾ ਸਮਝੋ ਇਸ ਚੀਜ਼ ਦੇ ਲਈ। ਆਬਾਦੀ ਦੇ ਲਿਹਾਜ਼ ਨਾਲ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਦੇਸ਼ ਹੈ, ਅਜਿਹੇ ਵਿੱਚ ਜਦੋਂ ਪੰਜ ਪੰਜ ਬੱਚੇ ਪੈਦਾ ਕਰਨ ਦਾ ਮੌਕਾ ਦਿੱਤਾ ਜਾਵੇ ਫਿਰ ਫਰਕ ਤਾਂ ਪੈਂਦਾ ਹੈ। ਯਾਰ ਪਾਪੂਲੇਸ਼ਨ ਨੂੰ ਲੈ ਕੇ ਬਹੁਤ ਸਾਰੇ ਸਵਾਲ ਉੱਠਦੇ ਨੇ, ਪਰ ਇਸ ਸਭ ਦੇ ਵਿਚਾਲੇ ਕਿ ਵਾਕਈ ਹੀ ਜਿਹੜੇ ਸਿੱਖ ਭਾਈਚਾਰ ਦੇ ਲੋਕ ਨੇ ਉਹ ਗੌਰ ਕਰਨਗੇ ਹਰਨਾਮ ਸਿੰਘ ਖਾਲਸਾ ਦੀ ਇਸ ਸਲਾਹ ਦੇ ਉੱਤੇ ਕਿ ਪੰਜ ਬੱਚੇ ਹੋਣੇ ਚਾਹੀਦੇ ਨੇ। ਖੈਰ, ਜਦੋਂ ਵੱਧਦੀ ਆਬਾਦੀ, ਮਹਿੰਗਾਈ ਅਤੇ ਵਿਚਾਲੇ ਇਸ ਤਰੀਕੇ ਦੇ ਬਿਆਨ ਸਾਹਮਣੇ ਆਉਣ ਫਿਰ ਫਰਕ ਤਾਂ ਪੈਂਦਾ। ਅੱਗੇ ਵੱਧਦੇ ਅਤੇ ਹੁਣ ਗੱਲ ਦਲਜੀਤ ਦੋਸਾਂਝ ਦੀ। ਗਲੋਬਲ ਸਟਾਰ ਦਲਜੀਤ ਦੋਸਾਂਝ ਅਤੇ ਰੈਪਰ ਨਸੀਬ ਦੇ ਵਿਚਾਲੇ ਇੰਸਟਾ ਵਾਰ ਛਿੜੀ ਹੋਈ ਨਜ਼ਰ ਆਈ। ਦੋਵਾਂ ਦੇ ਵਿਚਾਲੇ ਵਿਵਾਦ ਦੀ ਸ਼ੁਰੂਆਤ ਰੈਪਰ ਨਸੀਬ ਦੇ ਦਿਲਜੀਤ ਦੋਸਾਂਝ ਦੇ ਖਿਲਾਫ ਇਲੂਮਿਨਾਟੀ ਹੋਣ ਦੀ ਪੋਸਟ ਸ਼ੇਅਰ ਕਰਨ ਤੋਂ ਸ਼ੁਰੂ ਹੋਇਆ। ਨਸੀਬ ਨੇ ਇੱਕ ਇੰਸਟਾਗ੍ਰਾਮ ਸਟੋਰੀ ਦੇ ਵਿੱਚ ਪਾ ਕੇ ਦਿਲਜੀਤ ਦੋਸਾਂਝ ਦੇ ਟੋਪੀ ਪਾਉਣ ਤੇ ਨਿਸ਼ਾਨਾ ਸਾਧਿਆ। ਪੋਸਟ ਦੇ ਵਿੱਚ ਨਸੀਬ ਨੇ ਦਿਲਜੀਤ ਦਾ ਗੀਤ ਮੈਂ ਹੂੰ ਪੰਜਾਬ ਸ਼ੇਅਰ ਕੀਤਾ, ਨਾਲ ਹੀ ਲਿਖਿਆ ਤੁਸੀਂ ਪੰਜਾਬ ਨਹੀਂ ਹੋ, ਜਾ ਕੇ ਪੱਗ ਬੰਨਣੀ ਸਿੱਖੋ, ਪੰਜਾਬ ਡਰਪੋਕਾਂ ਦਾ ਨਹੀਂ ਯੋਧਿਆਂ ਦਾ ਹੈ। ਨਸੀਬ ਦੀ ਇਸ ਸਟੋਰੀ ਦਾ ਦਿਲਜੀਤ ਨੇ ਇੰਸਟਾ 'ਚ ਪੋਸਟ ਸ਼ੇਅਰ ਕਰਦਿਆਂ ਬੇਹੱਦ ਸਾਦਗੀ ਦੇ ਨਾਲ ਕਰਾਰਾ ਜਵਾਬ ਦਿੱਤਾ। ਦਿਲਜੀਤ ਨੇ ਲਿਖਿਆ ਸਭ ਗੋਬਿੰਦ ਹੈ, ਨਸੀਬ ਵੀਰੇ ਬਹੁਤ ਪਿਆਰ ਤੁਹਾਨੂੰ, ਰੱਬ ਤੁਹਾਨੂੰ ਬਹੁਤ ਬਹੁਤ ਤਰੱਕੀ ਦੇਵੇ, ਚੜ੍ਹਦੀ ਕਲਾ ਦੇ ਵਿੱਚ ਰੱਖੇ। ਉਹ ਆਪ ਹੀ ਬੋਲ ਰਿਹਾ ਅਤੇ ਆਪ ਹੀ ਜਵਾਬ ਵੀ ਦੇ ਰਿਹਾ, ਮੇਰੇ ਵੱਲੋਂ ਸਿਰਫ ਪਿਆਰ ਅਤੇ ਪਿਆਰ, ਸ਼ੁਕਰ। ਹਾਲਾਂਕਿ ਨਸੀਬ ਆਪਣੀ ਪੋਸਟ ਨੂੰ ਹਟਾ ਚੁੱਕੇ ਨੇ, ਪਰ ਜਦੋਂ